ਦੇਖੋ ਜੀ, ਕਿਸਾਨ ਅੰਦੋਲਨ ਦੇ ਚੱਲਦੇ ਮੇਰੇ ਨਾਲ ਬਹੁਤ ਵੱਡਾ ਧੱਕਾ ਹੋਇਆ। ਮੈਂ ਕਾਰ 'ਚ ਮਹਿਕਲੀਆ ਫਰੈਗਰੈਂਸ ਜੀ ਮੰਗਾਈ ਸੀਗੀ, ਪਰ ਇਹਨਾਂ ਏਜੰਸੀਆਂ ਦੀ ਸਾਜਿਸ਼ ਨੇ ਦੇਖੋ ਮੈਨੂੰ ਮੁਸ਼ਕ ਭੇਜਤੀ। ਦੇਖੋ ਇੱਥੇ ਦੇਖਿਆ ਮੁਸ਼ਕ ਹੈ, ਐਡੀ ਜ਼ਾਲਮ ਸਰਕਾਰੇ, ਤੈਨੂੰ ਜ਼ਰਾ ਤਰਸ ਨਾ ਆਇਆ? ਇਹ ਕਿਸਾਨ ਕੇ ਪਾਸ ਕਾਰ ਪਰਫਿਊਮ ਕਿਆ ਕਰ ਰਹਾ ਹੈ, ਕਹੀਂ ਜੇ ਕੋਈ ਬੰਬ ਤੋਂ ਨਹੀਂ? हेलो गाइस एंड गाइस नीज वेलकम टुडे विद दसांझ ब्लॉग्स, नवें गर्म गर्म ब्लॉग में आपका स्वागत है। सो अठ ते सारी मिशन फेल कर लिया आप, फिर तो 8 बजे फिर उठा मैं। यस, दुध लैन चला मैं, हल्की हल्की धुंद जी पई है, सो इस करके आप हथियार दोबारा अपने बुला ले, अपग्रेड कर लिया फिर तो। 72 ही ला लो, ठीक है मेरे को इतने टिकया। ਲਓ ਜੀ ਮਿੱਤਰੋ, ਜੱਟ ਇਜ਼ ਬੈਕ ਇਨ ਦਾ ਜਿਮ। ਅੱਜ ਆਪਾਂ ਲਾਵਾਂਗੇ ਲੈਗੜੇ, ਲੱਤਾਂ ਦੀਆਂ ਚੀਕਾਂ ਕਢਾਵਾਂਗੇ, ਬਾਕੀ ਆਪਾਂ ਦੇਖਦੇ ਹਾਂ ਕੱਲ੍ਹ ਵਾਲਾ ਬੰਦਾ ਆਪਣਾ ਆਉਂਦਾ ਕਿ ਨਹੀਂ ਜੱਸ, ਕਿਉਂਕਿ ਮੈਂ ਕਈ ਵਾਰ ਇਹਨੂੰ ਦੇਖਿਆ, ਪਹਿਲੇ ਇੱਕ ਦਿਨ ਆਉਂਦਾ, ਆਹ ਜੀ ਲਾਵਾਂਗੇ ਲਾਵਾਂਗੇ, ਫਿਰ ਬਾਅਦ 'ਚ ਸਤਿ ਸ਼੍ਰੀ ਅਕਾਲ। ਸੋ ਦਾ ਫਸਟ ਲੈਗ ਐਕਸਰਸਾਈਜ਼ ਇਜ਼ ਓਬਵੀਅਸਲੀ, ਲਾਸਟ ਟਾਈਮ ਪਿਛਲੇ ਵੀਕ 110 ਲਈ ਸੀ ਮੈਂ, ਆਈ ਥਿੰਕ, ਅਤੇ 110 ਹੀ ਰੱਖਾਂਗੇ ਅੱਜ। ਹਜੇ ਹਫ਼ਤੇ 'ਚ 2 ਦਿਨ ਲੈਗ ਡੇ ਹੁੰਦੀ ਹੈ, ਅੱਜ ਮੇਰਾ, ਅੱਜ ਵੈਡਨਸਡੇ ਆ, ਸੈਟਰਡੇ ਨੂੰ ਫਿਰ ਲੈ ਕੇ ਹੋਊਗੀ। ਤਾਂ ਮੈਨੂੰ ਫੋਨ ਆਇਆ ਸੀ ਜੱਸ ਦਾ, ਕਹਿੰਦਾ ਮੈਂ ਆ ਰਿਹਾ, ਬਟ ਫੋਨ ਆਏ ਨੂੰ ਅੱਧਾ ਘੰਟਾ ਹੋ ਗਿਆ। ਸਕੁਐਡ ਦਾ ਆਖਰੀ ਸੈੱਟ ਲੋਡ ਹੋ ਚੁੱਕਾ, 110 ਅਗੇਨ। ਤਾਂ ਬਈ ਮਤਲਬ ਮਿਸ਼ਨ ਫੇਲ ਹੋ ਚੁੱਕਾ। ਹਾਏ ਓਏ, ਪਿਛਲੀ ਵਾਰ ਤਾਂ 100 ਲੱਗ ਗਈ ਸੀ, ਅੱਜ ਕੀ ਹੋ ਗਿਆ? ਐਕਸਰਸਾਈਜ਼ ਲਾਉਣ ਨਾਲੋਂ ਜ਼ਿਆਦਾ ਔਖਾ ਤਾਂ ਵੇਟ ਲੋਡ ਅਤੇ ਅਨਲੋਡ ਕਰਨਾ ਬਈ, ਕਿਉਂਕਿ ਮੇਰੀ ਤਾਂ ਐਕਸਰਸਾਈਜ਼ ਆਲਮੋਸਟ ਖਤਮ ਹੋ ਚੁੱਕੀ ਆ, ਪਰ ਬੰਦਾ ਆਪਣਾ ਹਜੇ ਤੱਕ ਨਹੀਂ ਪਹੁੰਚਿਆ। ਜੱਸ, ਉਹ ਯਾਰ ਮੈਨੂੰ ਹੁਣੇ ਯਾਦ ਆਇਆ ਕਿ ਅੱਜ ਇਟਸ ਮਾਮਾ ਜੀ ਸਬਾਥਿੰਗ ਡੇ, ਕਿਡਸ ਸਕਿਪ ਲੈਗ ਡੇ, ਮੈਨ ਡੋਂਟ। ਅਸ਼ਕੇ ਪੂਰਾ ਰੰਦਾ ਫੇਰ ਕੇ ਕਹਿਣਾ ਤਿੱਖੇ ਕਰਤੇ, ਇਹਨਾਂ ਨੂੰ ਕੀ ਪਤਾ ਜੇ ਰਾਤ ਨੂੰ ਇਹਨਾਂ ਦੀਆਂ ਫੇਰ ਚੀਕਾਂ ਨਿਕਲਣੀਆਂ 10,000 ਸਟੈਪ। ਓਹੋ, ਕੰਮ ਹਰੇਕ ਬੰਦਾ ਕਰਨਾ ਚਾਹੁੰਦਾ, ਮਿਹਨਤ ਹਰੇਕ ਬੰਦਾ ਕਰਨਾ ਚਾਹੁੰਦਾ, ਬਟ ਕਈ ਵਾਰ ਹੁੰਦਾ ਬੰਦਾ ਫਸ ਜਾਂਦਾ, ਕੰਮ ਨਹੀਂ ਕਰ ਪਾਉਂਦਾ, ਫਿਰ ਬੰਦਾ ਹੋਰ ਫਰਸਟ੍ਰੇਟ ਹੁੰਦਾ ਵੀ ਯਾਰ ਮੈਂ ਜੋ ਕਰਨਾ ਚਾਹੁੰਦਾ ਹੋ ਨਹੀਂ ਰਿਹਾ। ਫਿਰ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹੂੰਗਾ ਵੀ ਜਿੰਮ ਜਾਓ, ਇਕੱਲਾ ਸਰੀਰ ਬਣਾਉਣ ਨਹੀਂ ਹੁੰਦਾ ਇਹ, ਕਿਸੇ ਨੂੰ ਕੋਈ ਪ੍ਰੋਬਲਮ ਕੋਈ ਦੱਸ ਦਿਆ ਕਰੋ, ਸ਼ੇਅਰ ਕਰਿਆ ਕਰੋ ਬਈ, ਕਮੈਂਟ 'ਚ ਦੱਸ ਦਿਆ ਕਰੋ, ਜਾਂ ਮੈਸੇਜ ਕਰਦਿਆ ਕਰੋ, ਆਪਾਂ ਉਸ ਚੀਜ਼ 'ਤੇ ਬੋਲ, ਉਸ ਚੀਜ਼ 'ਤੇ ਜ਼ਰੂਰ ਚਾਨਣਾ ਪਾਵਾਂਗੇ। ਆਈ ਐਮ ਹੇਅਰ ਫੋਰ ਮੈਨ। ਆਇਓ ਚੋਬਰਾ, ਮੁੱਕ ਚੱਲਿਆ ਜੀ, ਓਏ ਮੁੱਕ ਚੱਲਿਆ, ਆ ਵੀ ਖਤਮ ਹੋ ਗਿਆ ਵਿਚਾਰਾ, ਮੈਂ 2-3 ਦਿਨ ਤੋਂ ਖਾ ਨਹੀਂ ਰਿਹਾ। ਮੈਂ ਕਿਹਾ ਚਲੋ ਮਾਮਾ ਜੀ ਨੂੰ ਵੀ ਦੇਣਾ ਹੁੰਦਾ ਸਵੇਰ ਨੂੰ ਪਹਿਲੀ ਮੀਲ ਦੇ ਤੌਰ 'ਤੇ, ਸੋ ਚਲੋ ਅੱਜ ਹੋਪ ਕਰਦੇ ਹਾਂ ਆਜੂਗਾ ਔਡਰ ਜਿਹੜਾ ਐਮਾਜ਼ੋਨ ਤੋਂ ਮੰਗਾਇਆ ਸੀਗਾ। ਮੈਂ ਅਜੇ ਬੋਲ ਕੇ ਹਟਿਆ ਸੀਗਾ ਵੀ ਅੱਜ ਦੇਖੋ ਆਉਂਦਾ ਕਿ ਨਹੀਂ, ਨਾਲੇ ਮੈਸੇਜ ਆ ਗਿਆ ਅਰਾਈਵਿੰਗ ਟੁਡੇ, ਕੁਛ ਹੋਰ ਹੀ ਮੰਗ ਲੈਂਦੇ ਯਾਰ, ਕੱਲ੍ਹ ਗੱਡੀ ਲੈ ਕੇ ਵੀ ਜਾਂਦੀ ਆ, ਮੈਂ ਫੇਰ ਭੁੱਲ ਗਿਆ ਸਮਾਨ। ਹੋ ਗਿਆ ਤੇਰਾ ਅੱਧਾ ਘੰਟਾ? ਪਤਾ ਕਿੱਦਾਂ ਹੋਇਆ? ਬੋਲੋ ਹੁਣ। ਮੈਨੂੰ ਕੰਮ ਆ ਗਿਆ, ਕੰਮ ਆ ਗਿਆ, ਮੈਨੂੰ ਜਾਣਾ ਪਿਆ ਫੇਰ ਉਹ ਕਿੱਥੇ ਜਾਣਾ ਪਿਆ? ਮੈਂ ਨੂਰ ਮਹਿਲ ਆ ਦੇਖ ਲਾ, ਹਾਲੇ ਵੀ ਉਹ ਉਹੀ ਕੱਪੜੇ ਆ। ਫਿਰ ਕੀ ਹੋ ਗਿਆ? ਹੁਣ ਦੇਖ, ਜਿਹੜਾ ਹੁਣ ਆਪਾਂ ਇਕੱਠੇ ਟਾਈਮ ਜਿੰਮ 'ਚ ਲਾਉਣਾ ਸੀ, ਹਾਂ, ਤਾਂ ਉਹ ਮੈਨੂੰ ਕੰਮ ਕਰਨਾ ਪਿਆ ਗਿਆ ਜਾ ਕੇ, ਹਾਂ, ਤਾਂ ਉਹ ਮੈਂ ਹੁਣ ਜ਼ਿਆਦਾ, ਮੈਂ ਹੁਣ ਬਾਅਦ 'ਚ ਤੇ ਤੋਂ ਹੁਣ ਉੱਦਾਂ ਜਾ ਕੇ ਆਉਣਾ, ਹੁਣ ਚੱਲ ਜਾਂਦਾ, ਮੈਂ ਵੀ ਕੰਮ ਕਰਨੇ ਹਜੇ ਆਪਣੇ। ਆਹੋ, ਫਿਰ ਮੈਂ ਹੁਣ ਜਾ ਕੇ ਜਿੰਮ ਲਾ ਕੇ ਆਉਣਾ। ਕਦੋਂ ਹੈ? ਦੇਖਦਾ ਜੇ ਟਾਈਮ ਲੱਗਾ। ਤੂੰ ਭਰਾਵਾ ਭੰਗੜਾ ਭੁੰਗੜਾ ਸਿੱਖ ਲੈ ਰਹਿਣ ਦੇ ਜਿੰਮ। ਮਾਮੇ ਨੇ ਵੀ ਲਾਤੀ ਮਾਮਾ, ਟਾਈਮ ਨਹੀਂ ਮੈਚ ਹੁੰਦਾ, ਟਾਈਮ ਤਾਂ ਮਾਮਾ ਮੈਚ ਕਰਨਾ ਪੈਂਦਾ। 1 ਵੱਜ ਚੁੱਕਿਆ, ਹੁਣ ਜਾ ਕੇ ਨਹਾ ਧੋ ਕੇ ਰੋਟੀ ਪਾਣੀ ਖਾ ਕੇ ਤਿਆਰ ਜਿਹਾ ਹੋਇਆ ਕੰਮ ਕੁੰਮ ਕਾਰ ਕਰਨ ਲਈ, ਬਟ ਹੁਣੇ ਮੈਨੂੰ ਤਲਵਣ ਜਾਣਾ ਪੈਣਾ, ਕਿਉਂਕਿ ਇੱਕ ਤਾਂ ਬੈਂਕ ਕੰਮ ਆ ਮੈਨੂੰ, ਅਤੇ ਦੂਜਾ ਕੱਲ੍ਹ ਜਿਹੜੇ ਆਪਾਂ ਦਾਣੇ ਛੱਡ ਕੇ ਆਏ ਸੀਗੇ ਚੱਕੀ 'ਤੇ, ਉਹਦਾ ਵੇਟ ਕਰਾਉਣਾ ਆ। ਕੱਲ੍ਹ ਰਾਤੀ ਨਹੀਂ ਵੇਟ ਕਰਾਇਆ ਸੀਗਾ, ਉਹ ਬਾਈ ਹੈ ਨਹੀਂ ਸੀਗਾ ਉੱਥੇ ਚੱਕੀ 'ਤੇ। ਅਮਾ ਆ ਲਓ, ਬੜੀ ਨੋਟ ਚੱਕੇ ਆ,
ਤੁਸੀਂ ਮੰਗਾਏ ਸੀ? ਮੈਂ ਥੋੜੀ ਮੰਗਾਏ ਸੀ, ਤੁਸੀਂ ਮੰਗਾਏ ਸੀ ਤਾਂ ਹੀ ਲੈ ਕੇ ਆਇਆ। ਨਹੀਂ ਨਹੀਂ ਮੈਂ ਕੀ ਕਰਨਾ, 50,000 ਰੁਪੀਸ 50 ਦੇ ਇਹ ਇਕਦਮ ਕੜਕ ਹੈ। ਇਹ ਬਲੇਤੀਆ ਸਾਹਿਬ ਨੇ ਮੰਗਾਏ ਆ, ਉਹਨਾਂ ਨੂੰ ਚਾਹੀਦੇ ਆ। ਕਹਿੰਦੇ 100-100 ਦੇ ਨੋਟ ਲਿਆ ਕੇ ਰੱਖੀ। ਅੱਜ ਸੁਸਤੀ ਜੀ ਪਈ ਆ ਯਾਰ, ਮੇਰੇ ਦਿਮਾਗ 'ਚ ਹੁਣ ਆਇਆ ਕਿ ਆਪਣੇ ਪਰਸੋਂ ਮੋਟਰ 'ਤੇ ਚੋਰੀ ਹੋਈ ਸੀਗੀ ਅਤੇ ਕੱਲ੍ਹ ਵੀ ਮੈਂ ਉੱਥੇ ਨਹੀਂ ਗਿਆ, ਮੈਨੂੰ ਯਾਦ ਹੀ ਨਹੀਂ ਸੀ ਉਹਦੇ ਬਾਰੇ ਕੁਛ। ਦੇਖਣਾ ਪੈਣਾ ਕਿ ਉਹ ਦੁਬਾਰਾ ਵੀ ਆਇਆ ਕੋਈ ਚੋਰ ਚੂਰ ਕਿ ਨਹੀਂ। ਅਮਾ ਕੀ ਆ? ਐਪਲ ਐਪਲ ਆ। ਪਸੰਤਰ ਕਿੱਦਾਂ ਦਾ ਹੁੰਦਾ? ਮਾਮਾ ਮੈਂ ਕਹਿੰਦਾ ਛੱਡੋ ਯਾਰ ਫਰੂਟਾਂ ਫਰਾਟਾਂ ਨੂੰ, ਨਵੀਂ ਡਾਇਟ ਸ਼ੁਰੂ ਕਰਦੇ ਹਾਂ। ਸਵੇਰ ਨੂੰ ਪੂਰੀਆਂ ਛੋਲੇ, ਦੁਪਹਿਰ ਨੂੰ ਪਕੌੜੇ। ਮੈਨੂੰ ਡਾਕਟਰਾਂ ਤੋਂ ਪਜਵਾ ਹੋਊਗਾ ਲੱਗਦਾ। ਆਹੋ ਵੀ ਫਰੂਟਾਂ ਦੇ ਤਾਂ ਪਤਾ ਇੰਨਾ ਦਾ ਤੁਹਾਨੂੰ, ਸ਼ਾਮ ਨੂੰ ਪੀਜ਼ਾ। ਵਾਸੀਆਂ ਆ ਜਾਣੀਆਂ ਮਿੱਤਰੋ, ਅਤੇ ਫਿਲਹਾਲ ਹੁਣ ਮੈਂ ਜਾ ਰਿਹਾ ਕੋਠੀ 'ਚ ਚਾਹ ਲੈ ਕੇ, ਬਿਕੋਜ਼ ਉੱਥੇ ਸਾਫ਼ ਸਫਾਈ ਚੱਲ ਰਹੀ ਆ। ਕੋਠੀ 'ਚ ਸਫਾਈ ਚੱਲ ਰਹੀ ਆ, ਪਾਣੀ ਦੇਖੋ ਕਿੱਥੇ ਤੱਕ ਗਿਆ ਹੋਇਆ। ਸਵੇਰ ਦਾ ਐਮਾਜ਼ੋਨ ਦਾ ਮੈਸੇਜ ਆਇਆ ਹੋਇਆ ਕਿ ਪੀਨਟ ਬਟਰ ਅਰਾਈਵਿੰਗ ਟੂਡੇ। ਮੈਂ ਉਹਦੇ ਚੱਕਰ 'ਚ ਆਪਣੀ ਸਮੂਦੀ ਵੀ ਨਹੀਂ ਬਣਾਈ ਕਿਉਂਕਿ ਮੈਂ ਪੀਨਟ ਬਟਰ ਐਡ ਕਰਦਾ ਹੁੰਦਾ ਉਹਦੇ 'ਚ। ਐਮਾਜ਼ੋਨ ਨੇ ਕੀ ਵਿਗਾੜਿਆ ਤੁਹਾਡਾ, ਕਿਉਂ ਗਰੀਬ ਭੁੱਖਾ ਮਰਿਆ? ਮੈਂ ਹਜੇ ਕਲਿੱਪ ਸ਼ੂਟ ਕਰਕੇ ਹਟਿਆ ਅਤੇ ਉਹਨੇ ਫੋਨ ਆ ਗਿਆ ਕਿ ਤੁਹਾਡਾ ਪਾਰਸਲ ਆ ਚੁੱਕਾ ਹੈ। ਚਲੋ ਜੀ ਪੀਨਟ ਬਟਰ ਲੈਣ ਚੱਲੀਏ, ਹੋਰ ਵੀ ਚੀਜ਼ ਮੰਗਾਈ ਆਪਾਂ ਨਾਲ। ਉਹ ਆ ਚੁੱਕਾ ਪਾਰਸਲ ਆਪਣਾ। ਦੋ ਹੋਣੇ ਭਾਅ ਜੀ? ਕੋਈ ਆਇਆ ਮੇਰੇ ਕੋਲ ਇਹਦੇ ਵਿੱਚ? ਦੋ ਹੋਣੇ ਫਿਰ। ਹਾਂ ਆਹ ਤਾਂ ਪੀਨਟ ਬਟਰ ਲੱਗਦਾ। ਆਹ ਕੋਈ ਹੋਰ ਚੀਜ਼ ਆ, ਪੀਨਟ ਬਟਰ ਬੜੀ ਖਤਰਨਾਕ ਪੈਕਿੰਗ 'ਚ ਆਇਆ ਬਾਈ। ਬ੍ਰੈਡ ਤਿਆਰ ਹੈ। ਚਲੋ ਜੀ ਮਿੱਤਰੋ, ਐਡੀਟਿੰਗ ਹੋ ਚੁੱਕੀ ਹੈ ਕੰਪਲੀਟ, ਰੈਂਡਰ ਹੋ ਰਿਹਾ, ਬਲੌਗ 6 ਵਜੇ ਹੋਏ ਆ। ਹੁਣ ਆਪਣਾ ਟਾਈਮ ਹੋ ਚੁੱਕਾ ਮੋਟਰ 'ਤੇ ਗੇੜਾ ਲਾਉਣ ਦਾ। ਸੁੱਕ ਚੁੱਕੇ ਤਰਪੈਲ ਤਾਂ ਇਹਨੂੰ ਵੀ ਇਕੱਠੇ ਕਰ ਦੇਣੇ ਕਿਸੇ ਦਿਨ। ਹੁਣ ਥੋੜ੍ਹੇ ਦਿਨ ਇੱਥੇ ਵੇਟ ਕਰਨਾ। ਸਬਰ ਦਾ ਫਲ ਮਿੱਠਾ ਹੁੰਦਾ ਹੈ, ਸਬਰ ਦਾ ਫਲ ਇਕੱਠਾ ਹੁੰਦਾ ਹੈ। ਪਾਣੀ ਜੇ ਗੋਤੇ ਦਿੱਤੇ ਹੁਣ ਤੂੰ ਧੁੱਪ ਸੇਕ, ਇੱਥੇ ਪਹੁੰਚ ਚੁੱਕਿਆ ਮੈਂ ਚੋਰੀ ਵਾਲੀ ਮੋਟਰ 'ਤੇ। ਧੱਕ 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 ਧੱਕ, ਨਹੀਂ ਆਇਆ ਤਾਂ ਹੈ ਨਹੀਂ ਕੋਈ, ਇਹਦਾ ਮਤਲਬ ਹੈ ਨਾ ਮੀਂਹ ਪਿਆ ਨਹੀਂ ਹੈਗਾ ਅਤੇ ਕਣਕ ਨੂੰ ਪਾਣੀ ਲਾਉਣ ਵਾਲਾ ਹੋਇਆ ਇਸ ਵਾਲੀ ਨੂੰ, ਅਤੇ ਆਪਾਂ ਉਹ ਸਾਰਾ ਸਮਾਨ ਇਹਦਾ ਖੋਲ੍ਹ ਕੇ ਲੈ ਗਏ ਹਾਂ। ਇਹ ਵੀ ਹੁਣ ਆਪਣਾ ਹੋਰ ਇੱਕ ਪੰਗਾ ਖੜ੍ਹਾ ਹੋਇਆ ਆ, ਕਿਉਂਕਿ ਜਿਹੜੀ ਉਹ ਤਾਰ ਵੱਢ ਕੇ ਲਗਾਇਆ ਉਹ ਵੀ ਆਸਾਨੀ ਨਾਲ ਨਹੀਂ ਪੈਣੀ, ਉਹ ਮਸ਼ੀਨ 'ਚ ਹੀ ਲਿਆ ਕੇ ਉਹਦੇ ਨਾਲ ਥੱਲਿਓਂ ਸ਼ਾਇਦ ਪਾਉਣੀ ਪਵੇ। ਹੁਣ ਮੈਨੂੰ ਤਾਂ ਫਿਲਹਾਲ ਸਮਝ ਨਹੀਂ ਆ ਰਿਹਾ ਕਰੀਏ ਕੀ ਯਾਰ। ਕਣਕ 'ਤੇ ਬੂਰ ਪੈ ਚੁੱਕਾ ਆ ਪਰ ਪਾਣੀ ਦੇਖ ਰਿਹਾ ਮੈਂ, ਇਹਦੇ 'ਚ ਪਾਣੀ ਲਾਉਣ ਵਾਲਾ ਹੋਇਆ ਪਿਆ, ਦੇਖੋ ਚਿੱਟੀ ਹੋ ਗਈ। ਕੋਠੀ 'ਚ ਵੀ ਸਾਫ਼ ਸਫਾਈ ਹੋ ਚੁੱਕੀ ਆ ਪੂਰਾ, ਵਿਹੜਾ ਵੂੜਾ ਪੱਧਰਾ ਕਰਤਾ, ਥੱਲੇ ਪੋਚਾ ਲਾਇਆ ਮੈਂ ਉੱਤੇ ਵੜ ਗਿਆ, ਬਚਾਇਆ ਵਿੱਚ ਤਾਂ ਨਹੀਂ ਹੋਇਆ ਗੰਦਾ ਕੁਛ। ਡੱਬਾ ਤਾਂ ਥੋੜ੍ਹਾ ਹੋਰ ਤਰ੍ਹਾਂ ਦਾ ਹੀ ਲੱਗਦਾ ਵੇ। ਦੇਖੋ ਜੀ ਕਿਸਾਨ ਅੰਦੋਲਨ ਦੇ ਚੱਲਦੇ ਮੇਰੇ ਨਾਲ ਬਹੁਤ ਵੱਡਾ ਧੱਕਾ ਹੋਇਆ। ਮੈਂ ਕਾਰ 'ਚ ਮਹਿਕਲੀ ਆ ਫਰੈਗਰੈਂਸ ਜੀ ਮੰਗਾਈ ਸੀਗੀ, ਪਰ ਇਹਨਾਂ ਏਜੰਸੀਆਂ ਦੀ ਸਾਜਿਸ਼ ਨੇ ਦੇਖੋ ਮੈਨੂੰ ਮੁਸ਼ਕ ਭੇਜਤੀ। ਦੇਖੋ ਇੱਥੇ ਦੇਖਿਆ ਮੁਸ਼ਕ ਹੈ, ਐਡੀ ਜ਼ਾਲਮ ਸਰਕਾਰੇ, ਤੈਨੂੰ ਜ਼ਰਾ ਤਰਸ ਨਾ ਆਇਆ? ਇਹ ਕਿਸਾਨ ਕੇ ਪਾਸ ਕਾਰ ਪਰਫਿਊਮ ਕਿਆ ਕਰ ਰਹਾ ਹੈ, ਕਹੀਂ ਜੇ ਕੋਈ ਬੰਬ ਤੋਂ ਨਹੀਂ? ਮੈਨੂੰ ਪਤਾ ਹੈ ਮਸਕ ਆ, ਮੁਸ਼ਕ ਨਹੀਂ ਹੈਗਾ, ਮੈਂ ਬਸ ਮਸ਼ਕਰੀਆਂ ਹੀ ਕਰ ਰਿਹਾ। ਵਾਹ ਯੇਹੋ ਕੰਟੈਂਟ ਕ੍ਰੀਏਟਰ ਦਾ ਦਿਮਾਗ। ਚਲੋ ਹੁਣ ਆਪਾਂ ਇਹਦੀ ਅਨਬੋਕਸਿੰਗ ਕਰੀਏ, ਇਹ ਇੱਥੋਂ ਪਾੜ ਦਿੱਤਾ ਜਾਵੇ, ਜਿੱਥੇ ਹੱਥ ਪੈਂਦਾ ਉੱਥੇ ਵਾੜ ਦਿੱਤਾ ਜਾਵੇ। ਪੰਜਾਬੀਆਂ ਦੇ ਧੱਕੇ ਚੜੇਗਾ ਹੁਣ ਬਈ। ਦੇਖੋ ਬਈ ਪਹਿਲਾਂ ਕੋਈ ਪਰਫਿਊਮ ਨਹੀਂ, ਆਹ ਪਿਆ ਸੀ ਜਦੋਂ ਪਿਛਲੇ ਸਾਲ ਦਾ ਪਹਿਲਾਂ ਗੱਡੀ ਲਈ ਸੀ ਜਦੋਂ ਆਹੀ ਪਹਿਲਾਂ ਦੇ ਪਿਆ, ਇਹ ਤਾਂ ਹੁਣ ਬੋਰੀ ਜੀ ਉਦੇ ਲਮਕਦੀ ਆ, ਮਹਿਕ ਮੁੱਖ ਹੈ ਨਹੀਂ ਇਹਦੀ, ਅਤੇ ਇਹਦੇ 'ਚ ਕੀ ਕਰਨਾ? ਬਸ ਆਪਾਂ ਜਸਟ ਮਿਲਦਾ ਇਹਨੂੰ ਇੱਦਾਂ ਕਰਨਾ ਨਾ, ਇਸਕੋ ਪਹਿਲੇ ਖੋਲ੍ਹਣਾ ਪੜੇਗਾ। ਦੋਸਤੋ ਜਦੋਂ ਜਹਿਦ ਅਭੀ ਵੀ ਜਾਰੀ ਹੈ। ਉਹ ਖੁੱਲ੍ਹ ਗਿਆ, ਟੁੱਟ ਗਿਆ, ਖੁੱਲ੍ਹ ਗਿਆ। ਜੇ ਇਸਮੇ ਕੋਈ ਇਹਨਾਂ ਨੇ ਸਟੀਕਰ ਲਿਖਾ ਹੈ ਥੈਂਕ ਯੂ, ਪੈਸੇ ਦਿੱਤੇ ਥੈਂਕ ਯੂ ਕਰਨਾ ਤੁਸੀਂ। ਆਈ ਹੋਪ ਯੂ ਲਾਈਕ ਅਵਰ ਪ੍ਰੋਡਕਟ। ਹਲੋ ਮਹਿਕ ਮੰਗਾਈ ਸੀ, ਮੁਸ਼ਕ ਭੇਜਤੀ, ਹੁਣ ਇਹਨੂੰ ਪਾੜਨਾ ਆਪਾਂ ਹੈ ਨਾ। ਜਾਣ ਕੇ ਦੇਸੀ ਜਾਂ ਹਰਕਤਾਂ ਕਰੀ ਦੀਆਂ ਕਈ ਕਈ ਵਾਰ, ਸੀਰੀਅਸ ਨਾ ਲੈ ਜਾ ਕਰੋ, ਹੈ ਅਨਪੜ੍ਹ ਜਾਂ ਨਾ ਸਮਝਿਆ ਕਰੋ, ਬੀ ਟੈਕ ਰਿਸ਼ੂ ਜਾਂ ਠੀਕ ਹੈ ਕਿਆ ਕਾਜ ਕਰੋ, ਮਾਫ਼ੀ ਚਾਹੁੰਦੇ ਜੀ, ਮਾਫ਼ੀ। ਪਰੌਠਾ ਪੈਕ ਕਰਕੇ ਭੇਜਿਆ, ਇੰਨੀ ਟਾਈਟ ਪੈਕਿੰਗ।
ਮਹਿਕ ਤਾਂ ਹੈ ਬਈ, ਸੰਥੋਲ ਸਾਬਣ ਵਰਗਾ ਮਹਿਕ ਲੱਗਦਾ ਮੈਨੂੰ। ਮਤਲਬ ਮੈਂ ਇਸ ਕਰਕੇ ਮੰਗਾਇਆ ਕਿਉਂਕਿ ਕਈ ਵਾਰ ਬੰਦਾ ਲਾਵਾ ਗੱਡੀ ਚ ਮੂਲੀ ਵਾਲੇ ਪਰੌਠੇ ਖਾ ਕੇ ਬੈਠਾ ਹੋਵੇ, ਫਿਰ ਔਖਾ ਕਰਦਾ, ਤੰਗ ਕਰਦਾ, ਫਿਰ ਬੰਦਾ ਜਦੋਂ ਡਿਸਟਰਬ ਹੋ ਜਾਂਦਾ ਗੱਡੀ ਚਲਾਉਂਦਾ। ਮੈਨੂੰ ਚਾਹੀਦੀ ਸ਼ਾਂਤੀ, ਕਿਸੇ ਕੇ ਪਾਸ ਸ਼ਾਂਤੀ ਕਾ ਨੰਬਰ ਹੈ, ਕਿਸੇ ਕੇ ਪਾਸ ਸ਼ਾਂਤੀ ਕਾ ਨੰਬਰ। ਡੇਲੇ ਪੁੱਠੇ ਕਰਨ ਵਾਲੀ ਮੈਂ ਕਿਹਾ ਬਈ ਆ ਤਾਂ ਬੰਮ 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 ਬੜਮ ਬੰਮ ਬੰਮ। ਇਹਨੂੰ ਆਪਾਂ ਹੁਣ ਔਫ ਕਰਕੇ ਰੱਖ ਦਈਏ, ਫਿਰ ਵੀ ਥੋੜ੍ਹਾ ਜਿਹਾ ਦਿਖ ਰਿਹਾ ਔਫ ਕੀਤੇ 'ਤੇ ਵੀ। ਪੁੱਠਾ ਕਰਕੇ ਰੱਖ ਦਿੰਦੇ ਬਾਈ, ਇਹ ਕੀ ਪਤਾ ਤੁਹਾਨੂੰ ਜ਼ਾਲਮ ਸਰਕਾਰੇ, ਤੁਹਾਨੂੰ ਕਿਸਾਨਾਂ ਦਾ ਦਿਮਾਗ ਨਹੀਂ ਚਿੱਟਾ ਦੇ ਪਤਾ, ਇਹ ਅੱਗ ਬਾਲਾਂਗੇ ਘਰੇ ਮੁਸ਼ਕ ਦੀ। ਹੁਣ ਅੰਦਰ ਬੈਠਾ ਹਾਂ, ਹੁਣ ਇੰਨੀ ਨਹੀਂ ਹੋ ਗਈ ਕਿਉਂਕਿ ਆਪਣੇ ਨੱਕ ਉਸ ਹਿਸਾਬ ਨਾਲ ਐਡਜਸਟ ਹੋ ਜਾਂਦੇ ਆ। ਜਦੋਂ ਦੁਬਾਰਾ ਮੈਂ ਬਾਹਰੋਂ ਅੰਦਰ ਵੜੂੰਗਾ ਫਿਰ ਸ਼ਾਇਦ ਆਊਗੀ। ਇੱਕ ਵਾਰ ਬਾਹਰ ਮੁਸ਼ਕ ਜੀ ਸੌਂਕ ਕੇ ਆਉਣਾ, ਫਿਰ ਉਸ ਤੋਂ ਬਾਅਦ ਜਦੋਂ ਇੱਧਰ ਨੂੰ ਆਊਂਗਾ ਫਿਰ ਸ਼ਾਇਦ ਮਹਿਕ ਆਵੇ। ਹੈਗੀ ਆ ਮਹਿਕ। ਹਾਂਜੀ ਯਾਰ, ਆਪਾਂ ਤਾਂ ਬੰਪਰ ਵਾਲਾ ਕੰਮ ਕਰਾਉਣਾ। ਆਹ ਵਲੋਗ ਤਾਂ ਆਪਣਾ ਆਲਮੋਸਟ ਅਪਲੋਡ ਹੋ ਚੁੱਕਾ, ਬਟ ਮੈਨੂੰ ਹੁਣ ਯਾਦ ਆਇਆ ਵੀ ਕੱਲ੍ਹ ਵਾਲਾ ਵਲੋਗ ਜਿਹੜਾ ਵੀ ਮੈਨੂੰ ਅੱਜ ਹੀ ਐਡਿਟ ਕਰਨਾ ਪੈਣਾ, ਕਿਉਂਕਿ ਕੱਲ੍ਹ ਦਾ ਸਾਰਾ ਦਿਨ ਲੱਗ ਜਾਣਾ ਹੋਸਪਿਟਲ। ਮੈਨੂੰ ਕੱਲ੍ਹ ਨੂੰ ਜਿੰਮ ਵੀ ਸਕਿੱਪ ਕਰਨਾ ਪੈਣਾ ਕਿਉਂਕਿ ਹੋਸਪਿਟਲ ਜਾਣਾ ਨਾ, ਸਵੇਰ ਨੂੰ ਜਲਦੀ ਜਾਣਾ ਪੈਂਦਾ। ਮੰਮਾ ਚੱਟੀ ਸਿਰ 'ਤੇ ਮੈਂ ਬਸ, ਤੁਸੀਂ ਇੱਕ ਦੋ ਦਿਨ ਕਿਹਾ ਸੀ ਇੱਕ ਦੋ ਦਿਨ ਚੱਲੂਗਾ, ਹੋਰ ਦੇਖ ਲਾ ਥੋੜ੍ਹੇ ਦਿਨ। ਦਗੇਬਾਜ਼ ਮਾਮਾ? ਨਹੀਂ ਦਗੇਬਾਜ਼ ਨਹੀਂ ਹੈਗਾ। ਹਾਂ ਧੋਖੇਬਾਜ਼? ਨਹੀਂ ਨਹੀਂ, ਕੁਛ ਵੀ ਨਹੀਂ ਹੈਗਾ। ਬਦਮਾਸ਼ ਮਾਮਾ? ਨਹੀਂ ਨਹੀਂ। ਚਲੋ ਠੀਕ ਹੈ ਠੀਕ ਹੈ। ਸੋ ਮਾਮੇ ਤਾਂ ਫਿਰ ਤੋਂ ਧੋਖਾ ਖਾਣ ਤੋਂ ਬਾਅਦ ਆ ਚੁੱਕਾ ਮੈਂ ਸੈਰ 'ਤੇ, ਅਤੇ 4000 ਤੋਂ ਥੋੜ੍ਹੇ ਜਿਹੇ ਘੱਟ ਸਟੈਪ ਹੋਏ ਆ। ਟਾਈਮ ਤਾਂ ਮੇਰੇ ਕੋਲ ਕਾਫੀ ਆ, ਬਟ ਸ਼ਾਇਦ ਮੈਂ ਅੱਜ ਪੂਰੇ ਨਾ ਕਰਾਂ ਕਿਉਂਕਿ ਯਾਰ ਵਲੌਗ ਐਡਿਟ ਕਰਨ ਵਾਲਾ ਪਿਆ। ਕੱਲ੍ਹ ਵਾਲਾ, ਕੱਲ੍ਹ ਦਾ ਦਿਨ ਮੇਰਾ ਸਾਰਾ ਬਾਹਰ ਜਾਣਾ, ਜਲਦੀ ਜਾਣਾ ਪੈਂਦਾ ਕਿਉਂਕਿ 3 ਡਾਕਟਰ ਆ, 3 ਡਾਕਟਰਾਂ ਦੀ ਅਪੁਆਇੰਟਮੈਂਟ ਹੁੰਦੀ ਆ। ਅਪੁਆਇੰਟਮੈਂਟ ਤਾਂ ਚਲੋ ਮੈਂ ਔਨਲਾਈਨ ਲਈ ਹੋਈ ਆ, ਬਟ ਫਿਰ ਵੀ ਜਿਹੜੇ ਰਿਪੋਰਟ ਵਗੈਰਾ ਕਰਾਉਣੀ ਹੁੰਦੀ ਆ, ਬਲੱਡ ਰਿਪੋਰਟ ਵਗੈਰਾ, ਉਹ ਉਹਦੇ ਲਈ ਪਹਿਲਾਂ ਜਾਣਾ ਪੈਂਦਾ ਕਿਉਂਕਿ ਉਹਨੂੰ ਘੰਟਾ ਲੱਗ ਜਾਂਦਾ ਰਿਪੋਰਟ ਆਉਣ ਨੂੰ। ਸੋ ਇਹ ਆ ਸਟੋਰੀ ਆਪਣੀ ਫਿਲਹਾਲ, ਇਸ ਕਰਕੇ ਆਪਾਂ ਨੂੰ ਥੋੜ੍ਹਾ ਜਿਹਾ ਐਡਜਸਟ ਕਰਨਾ ਪੈਣਾ। ਰੈਪਿੰਗ ਆ ਮੈਂ ਸੈਰ, 5600 ਸਟੈਪ ਹੋਏ ਆ ਫਿਲਹਾਲ ਇਸ ਟਾਈਮ ਤੱਕ। ਆਹ ਕੁੱਤਾ ਸਵੇਰ ਤਾਂ ਭੌਂਕੀ ਜਾਂਦਾ ਲਗਾਤਾਰ ਹੀ ਕੰਟੀਨਿਊਸਲੀ, ਪਤਾ ਨਹੀਂ ਕਿਹੜਾ ਅਸ਼ਵਗੰਧਾ ਖਾ ਕੇ ਲੱਗਾ, ਹਟ ਗਿਆ। ਮੰਮਾ ਉੱਠੋ, ਪੂਰੀਆਂ ਛੋਲੇ ਬਣ ਗਏ। ਪੂਰੀ ਛੋਲੇ? ਨਹੀਂ ਮੈਂ ਮੈਂ ਤਾਂ ਨਹੀਂ ਖਾਣੇ। ਤੁਸੀਂ ਆਪ ਹੀ ਤਾਂ ਕਿਹਾ ਸੀ ਰਾਤ ਨੂੰ ਪੂਰੀਆਂ ਛੋਲੇ ਖਿਲਾਉਣੇ 11 ਵਜੇ। ਨਹੀਂ ਮੈਂ ਭੇਖਾ ਤੋਂ, ਮੈਂ ਨਹੀਂ, ਮੈਨੂੰ ਨਹੀਂ ਕਿਹਾ। ਚਲੋ 8 ਵਜੇ ਦਵਾਈ ਲੈਣ ਜਾਣਾ, ਸਵੇਰ ਚੱਲਾਂਗੇ। ਮਿੱਤਰੋ 11 ਵੱਜ ਚੁੱਕਿਆ ਅਤੇ ਹੁਣ ਬਹੁਤ ਭਿਅੰਕਰ ਨੀਂਦ ਆ ਰਹੀ ਆ, ਇਹਨੂੰ ਉੱਠਣਾ ਵੀ ਜਲਦੀ ਆ। ਐਡੀਟਿੰਗ ਕੰਪਲੀਟ ਤਾਂ ਨਹੀਂ ਹੋਈ ਵਲੋਗ ਦੀ, 50% ਐਡੀਟਿੰਗ ਹੋ ਗਈ ਆ। ਥੈਂਕ ਯੂ ਸੋ ਮਚ ਇਸ ਵਲੋਗ ਕੋ ਪਹੁੰਚਣੇ ਕੇ ਲੀਏ। ਸੋ ਕੱਲ੍ਹ ਨੂੰ ਆ ਜਾਓ ਟਾਈਮ ਨਾਲ, ਲੁਧਿਆਣੇ ਚੱਲਾਂਗੇ ਸਵੇਰ ਨੂੰ। ਮਿਲਦੇ ਹਾਂ ਕੱਲ੍ਹ ਵਾਲੇ ਵਲੋਗ ਮੈਂ।